26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਕੁਝ ਅਰਾਜਕ ਤੱਤਵਾਂ ਨੇ ਲਾਲ ਕਿਲੇ ਤੇ ਹਮਲਾ ਕੀਤਾ ਭਾਰ ਦੇ ਰਾਸ਼ਟਰੀ ਤਵਜ ਦੇ ਸਥਾਨ ਦੇ ਉੱਤੇ ਬੇਅਦਬੀ ਕੀਤੀ ਅੱਜ ਹੀ ਪਤਾ ਚੱਲਿਆ ਹੈ ਇਹਨਾਂ ਹੁੜਦੰਗ ਬਾਜ਼ੀਆਂ ਨੇ ਹਿੰਦੂ ਵਿਰੋਧੀਆਂ ਨੇ ਭਾਰਤ ਵਿਰੋਧੀਆਂ ਨੇ ਭਗਵਾਨ ਸ਼੍ਰੀ ਰਾਮ ਦਾ ਸ਼੍ਰੀ ਰਾਮ ਜਨਮ ਭੂਮੀ ਦੀ ਜਿਹੜੀ ਚਾਂਕੀ ਆ ਰਹੀ ਸੀ ਉੱਤਰ ਪ੍ਰਦੇਸ਼ ਦੀ ਚਾਂਕੀ ਸੀਗੀ 26 ਜਨਵਰੀ ਦੇ ਦਿੱ ਭੇਜੀ ਗਈ ਔਰ ਇਸੇ ਤਰੀਕੇ ਦੇ ਨਾਲ ਉੱਤਰਾਖੰਡ ਦੀ ਇੱਕ ਚਾਂਕੀ ਸੀਗੀ ਭਗਵਾਨ ਕੇਦਾਰਨਾਥ ਦੇ ਮੰਦਿਰ ਦੀ ਉਹਨਾਂ ਨੂੰ ਇਹਨਾਂ ਨੇ ਡੈਮੇਜ ਕੀਤਾ ਉਹਨੂੰ ਉੱਥੇ ਤੋੜ-ਫੋੜ ਕੀਤੀ ਗਈ ਬੜੇ ਸ਼ਰਮ ਦੀ ਗੱਲ ਹੈ ਵੀ ਹਿੰਦੂਆਂ ਦੇ ਨਾਲ ਇਹਨਾਂ ਨੂੰ ਕੀ ਪਰੇਸ਼ਾਨੀ ਹੈ कि ਇਹਨਾਂ ਨੇ ਜਾ ਕੇ ਹਿੰਦੂਵਾਦੀ ਹੀ ਧਾਰਮਿਕ ਸਥਾਨਾਂ ਦੀ ਜਿਹੜੀ ਬੇਦਬੀ ਕੀਤੀ ਉਹਨਾਂ ਦੀ ਝਾਂਕੇ ਦੇ ਉੱਤੇ ਇਸ ਤਰ੍ਹਾਂ ਦਾ ਅਤਿਆਚਾਰ ਕੀਤਾ ਇਹਨਾਂ ਨੇ ਅਸੀਂ ਅੱਜ ਬਹੁਤ ਦੁਖੀ ਹਾਂ ਅੱਜ ਹੀ ਮੈਂ ਦਿੱਲੀ ਕੁਬਿਸ਼ਰੋ ਪੁਲਿਸ ਨੂੰ ਮੈਂ ਅੱਜ ਇੱਕ ਐਫਆਰ ਦਰਜ ਕਰਵਾਉਣ ਵਾਸਤੇ ਇੱਕ ਈਮੇਲ ਕੀਤੀ ਹੈ ਇਸੇ ਤਰੀਕੇ ਦੇ ਨਾਲ ਮੈਂ ਉੱਤਰ ਪ੍ਰਦੇਸ਼ ਸਰਕਾਰ ਨੂੰ ਉੱਤਰਾਖੰਡ ਦੀ ਸਰਕਾਰ ਨੂੰ ਵੀ ਕਹੂੰਗਾ ਇਹਦੇ ਉੱਤੇ ਸਖਤ ਕਾਈ ਕਾਰਵਾਈ ਕਰਨ ਵਾਸਤੇ ਇਹਨਾਂ 'ਤੇ ਐਫਆਰ ਦਰਜ ਕੀਤੀ ਜਾਏ ਔਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਐਸੇ ਹੁਰਦੰਗ ਬਾਜ਼ੀ ਸਿਰਫ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਇਹ ਜੀ ਘਟਨਾ ਕਰਦੇ ਆ ਸਾਡਾ ਮਨ ਬਹੁਤ ਦੁਖੀ ਹੈ ਅਸੀਂ ਜਗ੍ਹਾ ਜਗ੍ਹਾ ਦੇ ਉੱਤੇ ਇਹਨਾਂ ਦੇ ਖਿਲਾਫ ਐਫਆਈਰ ਦਰਜ ਕਰਾਂਗੇ ਔਰ ਦੋਸ਼ੀਆਂ ਨੂੰ ਜੱਟ ਕਰ ਇਹਨਾਂ ਨੂੰ ਸਜ਼ਾ ਨੇ ਮਿਲੇਗੀ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ